अमृतसर ਦੇ ਵਿੱਚ ਅੱਜ ਪਿਸਤੌਲ ਦੇ ਨਾਲ ਸੋਸ਼ਲ ਮੀਡੀਆ ਤੇ ਫੋਟੋ ਪਾਉਣ ਵਾਲੇ ਇੱਕ 10 ਸਾਲ ਦੇ ਛੋਟੇ ਬੱਚੇ ਤੇ ਪਰਚਾ ਦਰਜ ਕੀਤੇ ਗਏ ਮਾਮਲੇ ਤੇ ਬੋਲਦਿਆਂ ਹੋਇਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਇਸ ਬਾਰੇ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗਾੜਨ ਵਾਲੇ ਮਜੀਠੀਆ ਹੀ ਨੇ। ਪੰਜਾਬ ਦੇ ਵਿੱਚ ਗੈਂਗਸਟਰ ਅਤੇ ਨਸ਼ਾ ਇਹਨਾਂ ਅਕਾਲੀ ਦਲ ਨੇ ਹੀ ਨਿਆਂਦਾ ਸੀ ਅਤੇ ਅੱਜ ਇਹ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੇ ਨੇ। ਅੰਮ੍ਰਿਤਸਰ ਦੇ ਵਿੱਚ 10 ਸਾਲ ਦੇ ਬੱਚੇ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਪੁਲਿਸ ਵੱਲੋਂ ਮੁਲਾਜ਼ਮ ਦੇ ਵੱਲੋਂ ਕੋ ਫਾਇਰ ਕੀਤਾ ਗਿਆ ਪਰ ਲੇਕਿਨ ਉੱਥੇ ਕੋਈ ਮਾਮਲਾ ਨਹੀਂ ਕੀਤਾ ਗਿਆ। ਕਿੱਥੇ? ਅੰਮ੍ਰਿਤਸਰ ਦੇ ਵਿੱਚ। ਅੱਛਾ, ਇਹ ਮੈਨੂੰ ਪਤਾ ਨਹੀਂ ਜੀ ਇਦਾਂ ਦੀ ਕੋਈ ਗੱਲ ਹੋਈ ਤਾਂ ਅੱਜ ਹੀ ਗੱਲ ਕਰ ਲੈਂਦੇ ਸੀ। ਕੋਈ ਗੱਲ ਬਠਿੰਡਾ ਦਿਆਲਪੁਰ ਥਾਣਾ ਵਾ ਉਹਦੇ ਵਿੱਚੋਂ ਜਿਹੜਾ ਅਸਲਾ ਚੋਰੀ ਹੋ ਗਿਆ ਜੀ। ਅਸਲਾ ਚੋਰੀ ਹੋ ਗਿਆ ਜੀ। ਜਿੱਥੇ ਅਸਲਾ ਚੋਰੀ ਹੋਇਆ ਆ ਜਿਹੜੀ ਪੁਲਿਸ ਖੜੀ ਤੁਸੀਂ ਇਹਨਾਂ ਨੂੰ ਕਿਸੇ ਬੰਦੇ ਬੜੀ ਪੱਧਰੀ ਆ ਵੇਖਿਓ ਆਦਾਰ ਕਿੱਦਾਂ ਜਗੜ ਬੰਦ ਕਰਕੇ ਲਿਆਉਂਦੇ ਆ। ਇਹ ਇਦਾਂ ਦੀ ਕੋਈ ਗੱਲ ਨਹੀਂ, ਕੋਈ ਨਿੱਕੀ ਮੋਟੀ ਵਾਰਦਾਤ ਹੋ ਜਾਂਦੀ ਹੈ। ਇਦਾਂ ਲੱਗਦਾ ਜੀ ਛੋਟੇ ਬੱਚਿਆਂ ਦੇ ਪਰਚਾ ਕਰਨਾ ਗਲਤ ਨਹੀਂ, ਜਿਹੜਾ ਚਲਾਉਂਦਾ ਉਹ ਬੰਦਾ ਨਹੀਂ ਨਹੀਂ ਜਿਹੜਾ ਚਲਾਉਂਦਾ ਆ ਉਹਦੇ ਤੇ ਹੋਣਾ ਚਾਹੀਦਾ। ਛੋਟੇ ਬੱਚਿਆਂ ਦੇ ਪਰਚਾ ਜੇ ਛੋਟੇ ਬੱਚੇ ਤੇ ਕਿਸੇ ਨੇ ਪਰਚਾ ਕੀਤਾ ਤਾਂ ਆਪਾਂ ਪਤਾ ਕਰ ਲੈਂਦੇ ਹਾਂ। ਮੈਂ ਸੀਪੀ ਸਾਹਿਬ ਨੂੰ ਕਹੂੰਗਾ ਵੀ ਉਹ ਛੋਟੇ ਬੱਚੇ ਤੇ ਪਰਚਾ ਜਿਹੜਾ ਥਾਣੇ ਦੇ ਵਿੱਚੋਂ ਚੋਰੀ ਹੋਣਾ ਇਹ ਲੱਗਦਾ ਕਿ ਨਿੱਕੀ ਮੋਟੀ। ਨਹੀਂ ਨਹੀਂ ਇਹ ਗੱਲਾਂ ਵੇਖੋ ਪੰਜਾਬ ਦੇ ਵਿੱਚ ਕਦੇ ਪਹਿਲੀ ਵਾਰ ਨਹੀਂ ਹੁੰਦੀਆਂ ਇਹ, ਬਟ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਦਾ ਹੱਲ ਕੋਈ ਨਹੀਂ। ਅਸੀਂ ਹੁਣ ਤੱਕ ਕਿੰਨੇ ਫੜੇ, ਕਈ ਵਾਰ ਤਾਂ ਹੁੰਦੀ ਹੈ ਉਸੇ ਲਈ ਫੜ ਲੈਂਦੇ ਆ, ਇਦਾਂ ਦੀ ਗੱਲ ਨਹੀਂ ਕੋਈ। ਮਤਲਬ ਚੋਰੀ ਵੀ ਹੋ ਸਕਦੀ, ਸਭ ਕੁਝ ਹੋ ਸਕਦਾ। ਨੂੰ ਲੈ ਕੇ ਵਿਰੋਧੀ ਬੜੇ ਤੰਦ ਕਸਤੇ ਨੇ। ਕਿਹੜੇ ਜੀ? ਸਾਰੇ ਵਿਰੋਧੀ ਪਾਰਟੀ ਸਾਰੇ ਕਹਿ ਰਹੇ ਸਾਰੇ ਕਿਹੜੇ ਬੰਦੇ ਕੋਈ ਕੋਈ ਨਾ ਲਾਓ ਮਜੀਠੀਆ ਕਹਿ ਰਿਹਾ ਜੀ। ਮਜੀਠੀਆ ਕਹਿ ਰਿਹਾ ਇਹ ਕਾਨੂੰਨ ਵਿਵਸਥਾ ਖਰਾਬ ਕਿੰਨੇ ਕੀਤੀ ਉਹਨੂੰ ਪੁੱਛਿਓ ਜਦਾ ਉਹ ਕਰਕੇ ਸਾਰਾ ਸਤਿਆਨਾਸ ਪੰਜਾਬ ਦਾ, ਸਭ ਗੈਂਗਸਟਰ ਸਭ ਨਸ਼ੇ ਵਾਲੇ ਪੈਦਾ ਕਰਕੇ ਹੁਣ ਸਾਨੂੰ ਕਾਨੂੰਨ ਵਿਵਸਥਾ ਕਹਿਣ ਦਿਓ। ਸਾਡੀ ਪੰਜਾਬ ਦਾ ਜਿਹੜਾ ਲੀਹ ਤੇ ਲਿਆਉਣ ਡਿਆ ਕਿਸਾਨੀ ਨੂੰ ਲੈ ਆਉਂਦਾ ਲੀਹ ਤੇ, ਫਿਰ ਦੱਸਦੇ ਕਾਨੂੰਨ ਵਿਵਸਥਾ ਕਿੱਦਾਂ ਠੀਕ ਹੁੰਦੀ ਹੈ। ਤੁਸੀਂ ਜਦੋਂ ਇਹ ਕਹਿੰਦੇ ਹੁੰਦੇ ਮੈਂ ਪੁੱਛਿਆ ਕਦੋਂ ਪਿਓ ਦੇ ਪੁੱਤੋ ਕਾਨੂੰਨ ਵਿਵਸਥਾ ਖਰਾਬ ਕਿੰਨੇ ਕੀਤੀ, ਆਹ ਕਿੰਨੇ ਗੈਂਗਸਟਰ ਕਿੰਨੇ ਨਸ਼ੇ ਕਿੰਨੇ ਕੰਮ ਕੀਤੇ, ਤੁਹਾਨੂੰ ਕੀ ਦਿਖਾ ਰਿਹਾ ਗੱਲਾਂ ਕਹਿਣ ਦਾ।